ਮੈਨੇਜਰਾ ਮੈਨੇਜਰਾ ਹਾਂਜੀ ਕੀ ਗੱਲ ਹੋ ਗਈ ਜੀ ਹਾਂਜੀ ਤੇ ਬੱਚਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਚੀਟਿੰਗ ਕਰਦੇ ਨੂੰ ਤੂੰ ਤਾਂ ਕਹਿੰਦਾ ਸੀ ਸਾਡੇ ਹੋਟਲ ਵਿੱਚ ਤੁਹਾਡੇ ਵਾਸਤੇ ਹਰੇਕ ਚੀਜ਼ ਦਾ ਅਰੇਂਜਮੈਂਟ ਆ ਸਵਾ ਅਰੇਂਜਮੈਂਟ ਆ ਬਾਥਰੂਮ 'ਚ ਇੱਕ ਝਾਵਾਂ ਤੱਕ ਤਾਂ ਹੈ ਨਹੀਂ ਸਰ ਝਾਵੇਂ ਨਾਲ ਤੁਸੀਂ ਕੀ ਰਗੜਨਾ ਜੀ ਉਹ ਕਈ ਵਾਰ ਬੰਦੇ ਨੇ ਰਗੜ ਰਗੜ ਕੇ ਜਨਮਾਂ ਜਨਮਾਂ ਦੀ ਮੈਲ ਲਾਉਣੀ ਹੁੰਦੀ ਹੈ ਰੱਖਿਆ ਕਰੋ ਵੀ ਝਾਵਾਂ ਜੇ ਝਾਵਾਂ ਨਹੀਂ ਨਾ ਹੈ ਤੁਹਾਡੇ ਕੋਲ ਤਾਂ ਬਾਥਰੂਮ 'ਚ ਇਹ ਜੀ ਸ਼ਾਹ ਜ਼ਰੂਰ ਬਿਠਾ ਲਿਆ ਕਰੋ ਝਾਵੇਂ ਵਰਗੀ ਤਾਂ ਤੇਰੀ ਸ਼ਕਲ ਹੋਏ ਨਾ ਤੈਨੂੰ ਬੜੇ ਹਾਸੇ ਚੜੇ ਸੀ ਮੈਂ ਕੋਈ ਚੁਟਕਲਾ ਸੁਣਾਇਆ ਸੀ ਓਏ ਕੀ ਸਿਆਪਾ ਖੜਾ ਕਰਤਾ ਤੁਸੀਂ ਪਾਪਾ ਜੀ ਪਾਪਾ ਪਾਪਾ ਜੀ ਅੰਕਲ 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 ਆਮ ਰੀਲੀ ਸੌਰੀ ਮੈਨੂੰ ਨਹੀਂ ਪਤਾ ਸੀ ਤੁਹਾਡੇ ਪਾਪਾ ਨੇ ਹੱਥ ਛੱਡ ਪਾਪਾ ਜੀ ਨੇ ਦਿੱਤੀ ਸੀ ਇਹ ਮੂਰਤੀ ਰਘੂ ਤੋਂ ਲੈ ਕੇ ਆਏ ਸੀ ਇਹ ਮੂਰਤੀ ਅੰਨਾ ਹੈ ਜਿਹੜੀ ਤੋੜਤੀ ਹੈ ਮੂਰਤੀ ਐਡੀ ਕੀਮਤੀ ਸੀ ਇਹ ਮੂਰਤੀ ਹਾਏ ਫਿਕਰ ਨਾ ਕਰੋ ਅਸੀਂ ਪੈਸੇ ਦੇ ਦੇਵਾਂਗੇ ਜਿੰਨਾ ਵੀ ਕਿੰਨਾ ਕਮੀਰ ਹੈ ਤੂੰ ਪੈਸੇ ਦੇਣ ਨੂੰ ਬੋਲ ਕਿੱਡਾ ਕਮੀਰ ਹੈ ਹਾਂ ਓਏ ਇੱਕ ਮਿੰਟ ਸੁਰ ਥੱਲੇ ਰੱਖ ਕੇ ਗੱਲ ਕਰ ਕਿੱਡਾ ਕਮੀਰ ਹੈ ਤੂੰ ਹੈ ਲੱਗਿਆ ਸਾਡੇ ਮੁੰਡੇ ਨੂੰ ਘੂਰਨ ਸਾਡਾ ਮੁੰਡਾ ਓਏ ਤੁਸੀਂ ਕੌਣ ਮੈਂ ਖਾਮ ਖਾ ਤੂੰ ਵਿੱਚੋਂ ਬੜੇਵੇਂ ਲੈਣਿਆ ਅੰਕਲ ਜੀ ਅੰਕਲ ਜੀ ਤੁਸੀਂ ਸਾਨੂੰ ਏਅਰਪੋਰਟ ਤੋਂ ਛੱਡ ਕੇ ਕਿੱਥੇ ਚਲੇ ਗਏ ਸੀ ਮੈਂ ਬੇਟੇ ਟੱਠੇ ਖੂਹ 'ਚ ਚਲਾ ਗਿਆ ਸੀ ਮੈਨੂੰ ਥਾਈਲੈਂਡ ਆਏ ਨੂੰ 30 ਸਾਲ ਹੋ ਗਏ ਇਹ ਟੱਠਾ ਖੂਹ ਕਿੱਥੇ ਹੈ ਤੌਲੇ ਕੂਏ ਕੋਲ ਆ ਇਹ ਤੌਲਾ ਕੂਆ ਕਿੱਥੇ ਹੈ ਦੋਨੇ ਕੋਲ ਕੋਲ ਆ ਅੱਛਾ ਹਾਂ ਨਾ ਤੂੰ ਕਿੱਥੇ ਲੁਕਿਆ ਫਿਰਦਾ ਓਏ ਨਹੀਂ ਡੈਡੀ ਜੀ ਬਸ ਉਹ ਤੂੰ ਕੀ ਸੋਚਿਆ ਸੀ ਮੈਂ ਏਅਰਪੋਰਟ ਤੋਂ ਧੱਕੇ ਧੁੱਕੇ ਖਾ ਕੇ ਵਾਪਸ ਇੰਡੀਆ ਚੱਲ ਜਾਊਂਗਾ ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੀ ਨਾਲੇ ਇੱਕ ਗੱਲ ਨਾ ਭੁੱਲ ਮੇਰੀਆਂ ਨਾਸਾਂ ਕੀੜੀ ਵਰਗੀਆਂ 100 ਮੀਲ ਤੋਂ ਪੈੜ ਕੱਢ ਲੈਂਦੀਆਂ ਡੈਡੀ ਜੀ ਮੈਂ ਏਅਰਪੋਰਟ ਤੋਂ ਗਿੱਲ ਤੂੰ ਬਾਅਦ ਜਸਟੀਫਿਕੇਸ਼ਨ ਦੇ ਦੀ ਪਹਿਲਾਂ ਆਪਾਂ ਗਿੱਲ ਨੂੰ ਸਾਂਭ ਲਈਏ ਉਹਨੂੰ ਉਲਟੀ ਆ ਰਹੀ ਹੈ ਹਾਂ ਉਲਟੀ ਆ ਰਹੀ ਹੈ ਉਲਟੀ ਆ ਰਹੀ ਹੈ ਉਲਟੀ ਉਹਨੂੰ ਮੇਰਾ ਪੈਰ ਭਾਰੀ ਆ ਓ ਯਾਰ ਤੈਨੂੰ ਆ ਰਹੀ ਹੈ ਆ ਰਹੀ ਹੈ ਓਏ ਆ ਰਹੀ ਹੈ ਪਾਪਾ ਜੀ ਤੇ ਨਾ ਉਲਟੀ ਕਰਦੀ ਇਹਨੂੰ ਤੈਨੂੰ ਨਹੀਂ ਆ ਰਹੀ ਉਲਟੀ ਮੈਨੂੰ ਗਿੱਲ ਤੇ ਉਲਟੀ ਆ ਰਹੀ ਹੈ ਯਾਰ ਅੱਛਾ ਗਿੱਲ ਇਹ ਉਹ ਗਿੱਲ ਆ ਜਿਹਨੂੰ ਕਹਿੰਦੇ ਸੀ ਕ੍ਰਿਟੀਕਲ ਇਲ ਇਹ ਤਾਂ ਸਾਲਾ ਝੋਟੇ ਵਰਗਾ ਪਿਆ ਕਿਹੜੀ ਬਿਮਾਰੀ ਆ ਇਹਨੂੰ ਦਿਲ ਚ ਮੋਰੀ ਹੈ ਨਹੀਂ 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 ਸੋਹੀ ਅੰਕਲ ਇਹਦਾ ਮਤਲਬ ਇਹਨੂੰ ਕੈਂਸਰ ਦੇ ਨਾਲ ਨਾਲ ਦਿਲ ਚ ਮੋਰੀ ਵੀ ਹੈ ਤੈਨੂੰ ਨਾ ਸਾਹ ਨਹੀਂ ਆਦਾ ਜਦੋਂ ਤੱਕ ਇਹਦੀ ਛਾਤੀ ਤੇ ਮੁੱਕੀ ਨਾ ਪੈ ਹਾਂਜੀ 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 ਵੇਖਿਓ ਉਹਦੇ ਫੇਫੜੇ ਕਿ ਦੋ ਸਾਰੇ ਸਾਲੇ ਉਹੀ ਨਾ ਮੋਰੀ ਰਾਈ ਬਾਹਰ ਕੱਢ ਦਿਓ ਕਿਤੇ ਟੱਕਰ ਚੁੱਪ ਕਰਕੇ ਹਾਂ ਮਰ ਗਿਆ ਉਹ ਮਰ ਗਿਆ ਉਹ ਮਰ ਗਿਆ ਓਏ ਉੱਠਿਆ ਗਿੱਲੇ ਯਾਰ ਗਿਆ ਇਹ ਤਾਂ ਸੱਚੀ ਉਹ ਬਿਮਾਰ ਲੱਗਦਾ